ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਨੇ ਸੁਖਪਾਲ ਸਿੰਘ ਖਹਿਰਾ ਦੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ। ਉਹਨੇ ਕਿਹਾ ਕਿ ਜਸਟਿਸ ਜੋਰਾ ਸਿੰਘ ਅਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦਾ ਸਿਆਸੀਕਰਨ ਹੋ ਚੁੱਕਾ ਹੈ। ਉਹਨੇ ਇਹ ਵੀ ਕਿਹਾ ਕਿ ਕਮਿਸ਼ਨ ਨੇ ਬੇਅਦਬੀ ਦੀਆਂ ਘਟਨਾਵਾਂ ਤੋਂ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਕੀਤੀ ਹੈ। ਚੀਮਾ ਮੁਤਾਬਕ ਜਸਟਿਸ ਜੋਰਾ ਸਿੰਘ ਨੇ ਆਮ ਆਦਮੀ ਪਾਰਟੀ ਦੇ ਹੱਥਾਂ 'ਤੇ ਚੜ੍ਹ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਹੈ। ਭਾਵੇਂ ਜਸਟਿਸ ਜੋਰਾ ਸਿੰਘ ਹੈ, ਭਾਵੇਂ ਆਮ ਆਦਮੀ ਪਾਰਟੀ ਹੈ, ਭਾਵੇਂ ਖਹਿਰਾ ਸਾਹਿਬ ਹੈ, ਇਹਨਾਂ ਸਾਰਿਆਂ ਦਾ ਮਕਸਦ ਇੱਕੋ ਹੀ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਦਾ ਪੋਲੀਟੀਕਲ ਫਾਇਦਾ ਕਿੱਧਰ ਹੈ। ਕਿਸੇ ਵੀ ਇਹਨਾਂ ਦੇ ਵਿੱਚੋਂ ਕਿਸੇ ਦੇ ਵੀ ਮਨ ਦੇ ਵਿੱਚ ਇਹ ਦਰਦ ਨਹੀਂ ਹੈਗਾ ਕਿ ਸੱਚਾਈ ਜਿਹੜੀ ਹੈ ਲੋਕਾਂ ਦੇ ਸਾਹਮਣੇ ਆ, ਕਿਉਂਕਿ ਜਿਹੜੇ ਉਹ ਕੇਸ ਹੈ ਉਹਨਾਂ ਦੀ ਇਨਵੈਸਟੀਗੇਸ਼ਨ ਹਾਲੇ CBI ਕਰ ਰਹੀ, ਤਿੰਨੇ FIR ਜਿਹੜੀਆਂ ਹੈਗੀਆਂ ਉਹਨਾਂ ਦੀ ਇਨਵੈਸਟੀਗੇਸ਼ਨ ਹਾਲੇ ਚੱਲ ਰਹੀ, ਪਰ ਇਹਨਾਂ ਵਿੱਚੋਂ ਕੋਈ ਵੀ ਸਬਰ ਕਰਨ ਵਾਸਤੇ ਤਿਆਰ ਨਹੀਂ ਕਿ ਜੋ ਐਕਚੁਅਲ ਰਿਪੋਰਟ ਫਾਈਨਲ ਸਾਹਮਣੇ ਆਉਂਦੀ ਹੈ। ਪਹਿਲਾਂ ਜਸਟਿਸ ਰਣਜੀਤ ਸਿੰਘ ਨੇ ਡਟ ਕੇ ਰਾਜਨੀਤੀ ਕੀਤੀ ਖਹਿਰਾ ਸਾਹਿਬ ਨੂੰ ਫਾਇਦਾ ਪਹੁੰਚਾਉਣ ਵਾਸਤੇ, ਖਹਿਰਾ ਸਾਹਿਬ ਵੀ ਖੁੱਲ੍ਹ ਕੇ ਉਦੋਂ ਕਾਂਗਰਸ ਦੇ ਨਾਲ ਖੜੇ ਸੀਗੇ। ਜਿੰਨੀ ਰਾਜਨੀਤੀ ਗੰਦੀ ਕਾਂਗਰਸ ਨੇ ਅਤੇ ਖਹਿਰਾ ਸਾਹਿਬ ਨੇ ਕੀਤੀ ਉਹਦਾ ਤਾਂ ਕੋਈ ਇਤਿਹਾਸ ਦੇ ਵਿੱਚ ਰਿਕਾਰਡ ਵੀ ਮਿਲਣਾ ਔਖਾ। ਹੁਣ ਉੱਧਰ ਜਸਟਿਸ ਜੋਰਾ ਸਿੰਘ ਨੂੰ ਰਾਜਨੀਤੀ ਚੜ੍ਹ ਗਈ ਅਤੇ ਆਮ ਆਦਮੀ ਪਾਰਟੀ ਨੇ ਉਹਨੂੰ ਮੋਹਰਾ ਬਣਾ ਕੇ ਉਹਨਾਂ ਨੇ ਰਾਜਨੀਤੀ ਕਰਨੀ ਸ਼ੁਰੂ ਕਰ ਦਿੱਤੀ। ਇਹਨਾਂ ਲੋਕਾਂ ਨੂੰ ਇਹ ਕਿ ਜਿਵੇਂ ਪਹਿਲਾਂ ਗੁੰਮਰਾਹ ਕਰਕੇ ਅਸੀਂ ਇਸ ਇਸ਼ੂ ਦੇ ਉੱਤੇ ਲੋਕਾਂ ਨੂੰ ਭਾਵੁਕ ਕਰਕੇ ਵੋਟਾਂ ਲੈਣੀਆਂ, ਹੁਣ ਵੀ ਅਸੀਂ ਇਸ ਤਰ੍ਹਾਂ ਦਾ ਇਸ਼ੂ ਜਿਹੜਾ ਇਹ ਇੱਦਾਂ ਹੀ ਬਣਿਆ ਰਹੇ, ਸੱਚਾਈ ਲੋਕਾਂ ਦੇ ਸਾਹਮਣੇ ਨਾ ਆਵੇ। ਮੈਂ ਸਮਝਦਾ ਕਿ ਇਸ ਤੋਂ ਮਾੜੀ ਅਤੇ ਗੰਦੀ ਰਾਜਨੀਤੀ ਹੋਰ ਕੀ ਹੋ ਸਕਦੀ।